दैनिक सवेरा ते इस वेले दी वड्डी खबर, पंजाब सरकार ने वड्डा फैसला लैंदे होया अनलॉक पंज दे विच पूरे सूबे दे विचों नाइट करफ्यू हटा दिता है। बहुत वड्डी खबर है, बहुत वड्डी राहत की खबर है पंजाब दे लोकां लई, जिथे पंजाब दे सारे अर्बन इलाकयां दे विच सारे शहरां दे विच नाइट करफ्यू लग्या होया सीगा। रात 9:30 बजे नाइट करफ्यू लग जांदा सीगा, 9 बजे दुकानां बंद हो जांदियां सीगियां, पर अज कैप्टन सरकार ने फैसला लैंदे होया पूरे सूबे दे विचों नाइट करफ्यू नूं हटा दिता और संडे दा जिहड़ा लॉकडाउन पंजाब सरकार वालों लगाया गया सीगा उन्हूं भी इहदे नाल ही हटा दिता गया। कल केंद्र सरकार वालों अनलॉक पंज दीआं गाइडलाइनस आईआं सीगियां, जिस तों बाद अज सूबा सरकार ने अपनी गाइडलाइनस जारी करदे होए वड्डा फैसला लिया और पंजाब दे लोकां नूं वड्डी राहत दित्ती है। नाइट करफ्यू हटा दिता गया, संडे दा लॉकडाउन भी हटा दिता गया। इस दे नाल ही दूजा वड्डा फैसला व्याहां दे विच जिथे 30 लोकां दी इकट्ठ होण दी इजाजत सीगी पंजाब सरकार वालों और जिहड़े संस्कार हुंदे सीगे जां क्रियाक्रम हुंदे सीगे उत्थे 20 लोकां दे इकट्ठ करन दी इजाजत सीगी, उहनूं भी वधा के पंजाब सरकार ने 100 तक कर दिता है। अनलॉक 4 यानी कि जिहड़ा सितंबर दा अनलॉक 4 सीगा केंद्र सरकार वालों उदों 100 कीता गया सीगा गैदरिंग केंद्र सरकार वालों, पर पंजाब सरकार ने इहनूं 30 तक रख्या सीगा और 20 लोकां नूं संस्कार तक एक जगह ते इकट्ठे होण दी इजाजत दित्ती सीगी। पर हुण पंजाब सरकार ने वड्डा फैसला लैंदे होया ਵਿਆਹ ਫੰਕਸ਼ਨ ਜਿਹੜੇ ਹੋਣਗੇ ਜਾਂ ਸੰਸਕਾਰ ਜਾਂ ਕਿਰਿਆਕ੍ਰਮ ਜਾਂ ਕੋਈ ਹੋਰ ਪਾਰਟੀ ਵੀ ਜਿਹੜੀ ਹੋ ਰਹੀ ਹੈ ਉਹਦੇ ਵਿੱਚ ਵੱਧ ਤੋਂ ਵੱਧ 100 ਲੋਕਾਂ ਨੂੰ ਇਕੱਠੇ ਕਰਨ ਦੀ ਇਜਾਜ਼ਤ ਦਿੱਤੀ ਹੈ, ਜਿਹਦੇ ਨਾਲ ਇਹ ਵੀ ਗਾਈਡਲਾਈਨਸ ਜਾਰੀ ਕੀਤੀ ਗਈਆਂ ਨੇ ਕਿ ਮਾਸਕ ਪਾਉਣਾ ਇਹਨਾਂ ਫੰਕਸ਼ਨਸ ਦੇ ਵਿੱਚ ਲਾਜ਼ਮੀ ਹੋਵੇਗਾ। ਇਹ 2 ਵੱਡੀਆਂ ਖਬਰਾਂ ਤੁਹਾਨੂੰ ਮੈਂ ਦੱਸ ਰਿਹਾ ਦੈਨਿਕ ਸਵੇਰਾ ਤੇ ਇਸ ਵੇਲੇ ਦੀਆਂ। ਪੰਜਾਬ ਸਰਕਾਰ ਦੀਆਂ ਅਨਲੌਕ 5 ਦੀਆਂ ਗਾਈਡਲਾਈਨਸ ਆਈਆਂ ਨੇ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਆ। ਸਰਕਾਰ ਨੇ ਨਾਈਟ ਕਰਫਿਊ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਪੰਜਾਬ ਦੇ ਸ਼ਹਿਰਾਂ ਦੇ ਵਿੱਚੋਂ, ਹੁਣ ਪੂਰੀ ਰਾਤ ਤੁਸੀਂ ਟਰੈਵਲ ਵੀ ਕਰ ਸਕਦੇ ਹੋ ਔਰ ਜਿਹੜੇ ਕਾਰੋਬਾਰ 9 ਵਜੇ ਬੰਦ ਹੁੰਦੇ ਸੀਗੇ ਦੁਕਾਨਾਂ ਨੂੰ 9 ਵਜੇ ਬੰਦ ਕਰਨਾ ਪੈਂਦਾ ਸੀਗਾ ਉਹ ਹੁਣ ਪੂਰੀ ਰਾਤ ਜਿੰਨਾ ਸਮੇਂ ਤੱਕ ਖੋਲਣਾ ਚਾਹੁੰਦੇ ਨੇ ਆਪਣੀ ਮਰਜ਼ੀ ਦੇ ਨਾਲ ਉਹ ਖੋਲ ਸਕਦੇ ਨੇ। ਇਹਦੇ ਨਾਲ ਹੀ ਵਿਆਹਾਂ ਦੇ ਵਿੱਚ 100 ਲੋਕਾਂ ਦੀ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਹੈ, ਕਿਰਿਆਕ੍ਰਮ ਜਾਂ ਸੰਸਕਾਰ ਤੇ ਵੀ 100 ਲੋਕਾਂ ਦੇ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਹੈ। ਔਰ ਉਸ ਤੋਂ ਬਾਅਦ ਅਗਲੀ ਜਿਹੜੀ ਵੱਡੀ ਖਬਰ ਹੈ ਜਿਹੜੇ ਟਰੈਵਲ ਜਿਹੜੀ ਟਰੈਵਲਿੰਗ ਹੁੰਦੀ ਸੀਗੀ ਬੱਸਾਂ ਦੇ ਵਿੱਚ 50% ਕੈਪੈਸਿਟੀ ਰੱਖੀ ਗਈ ਸੀਗੀ ਔਰ ਜਿਹੜੇ ਆਮ ਲੋਕ ਕਾਰਾਂ 'ਚ ਟਰੈਵਲ ਕਰਦੇ ਸੀਗੇ ਉਹਦੇ ਵਿੱਚ 3 ਤੋਂ ਵੱਧ ਲੋਕ ਟਰੈਵਲ ਨਹੀਂ ਕਰ ਸਕਦੇ ਸੀਗੇ ਗੱਡੀ 'ਚ ਬੈਠ ਕੇ, ਉਹਨੂੰ ਵੀ ਹਟਾ ਦਿੱਤਾ ਗਿਆ ਹੈ। ਸ਼ਰਤ ਰੱਖੀ ਗਈ ਹੈ ਇਹਦੇ ਨਾਲ ਕਿ ਸ਼ੀਸ਼ੇ ਖੋਲ ਕੇ ਟਰੈਵਲ ਕਰਨਾ ਪਏਗਾ, ਯਾਨੀ ਕਿ ਕਾਰ ਦੇ ਵਿੱਚ ਤੁਸੀਂ ਹੁਣ ਜਿੰਨੇ ਜੇ ਪੂਰਾ ਪਰਿਵਾਰ ਹੈ ਜਿੰਨੀ ਕੈਪੈਸਿਟੀ ਕਾਰ ਦੀ ਹੋਏਗੀ ਤੁਸੀਂ ਉਹਨੇ ਲੋਕ ਟਰੈਵਲ ਕਰ ਸਕਦੇ ਹੋ। ਔਰ ਬੱਸਾਂ ਦੇ ਵਿੱਚ ਵੀ ਜਿਹੜੀ 50% ਦੀ ਕੈਪੈਸਿਟੀ ਸੀਗੀ 50% ਕੈਪੈਸਿਟੀ ਦੇ ਨਾਲ ਬੱਸਾਂ ਚੱਲ ਰਹੀਆਂ ਸੀਗੀਆਂ ਜਾਂ ਕੋਈ ਵੀ ਟਰਾਂਸਪੋਰਟ 50% ਕੈਪੈਸਿਟੀ ਦੇ ਨਾਲ ਚੱਲ ਰਿਹਾ ਸੀਗਾ, ਉਹ ਰੈਸਟ੍ਰਿਕਸ਼ਨ ਨੂੰ ਵੀ ਹਟਾ ਕੇ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਹਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਕਿਹਾ ਕਿ ਉਹ ਇਹ ਦੇਖਣ ਇਨਸ਼ੋਰ ਕਰਨ ਕਿ ਜਿਵੇਂ ਆਪਾਂ ਰੈਸਟ੍ਰਿਕਸ਼ਨਸ ਹਟਾਇਆ ਲੋਕਾਂ ਨੂੰ ਈਜ਼ ਦਿੱਤੀ ਹੈ, ਖੁੱਲ੍ਹ ਦਿੱਤੀ ਹੈ, ਅਤੇ ਖੁੱਲ੍ਹ ਦੇ ਵਿੱਚ ਕੋਈ ਜਿਹੜੇ ਕਰੋਨਾ ਵਾਇਰਸ ਦੇ ਕੇਸਿਸ ਨੇ ਉਹ ਜ਼ਿਆਦਾ ਨਾ ਵਧਣ ਔਰ ਜਿਵੇਂ ਕਿ ਮਾਸਕ ਔਰ ਜਿਹੜੀਆਂ ਵੀ ਗਾਈਡਲਾਈਨਸ ਹੁੰਦੀਆਂ ਨੇ ਜਿਹੜੇ ਵੀ SOPs ਨੇ ਹਰ ਚੀਜ਼ ਨੂੰ ਲੈ ਕੇ ਉਹ DGP ਖਿਆਲ ਰੱਖਣ। ਇਹਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਵੀ ਬਿਆਨ ਆਇਆ ਕਿ ਜਿਹੜੇ ਸਕੂਲਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਕਿਹਾ ਕਿ 15 ਅਕਤੂਬਰ ਤੋਂ ਬਾਅਦ ਸਕੂਲਾਂ ਨੂੰ ਖੋਲ੍ਹਿਆ ਜਾ ਸਕਦਾ ਹੈ। ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਹੋਮ ਸੈਕਟਰੀ ਅਤੇ ਐਜੂਕੇਸ਼ਨ ਜਿਹੜੇ ਸੈਕਟਰੀ ਨੇ ਉਹ ਆਪਸ 'ਚ ਬੈਠਕ ਕਰਨਗੇ, ਉਸ ਤੋਂ ਬਾਅਦ ਫੈਸਲਾ ਲੈਣਗੇ ਕਿ ਕੇਂਦਰ ਸਰਕਾਰ ਦੀ ਜਿਹੜੀ ਇਹ ਗਾਈਡਲਾਈਨਸ ਆਈਆਂ 15 ਅਕਤੂਬਰ ਨੂੰ ਸਕੂਲ ਖੋਲ੍ਹਣ ਦੀ ਉਹਨੂੰ ਖੋਲ੍ਹਣਾ ਕਿ ਨਹੀਂ ਖੋਲ੍ਹਣਾ। ਯਾਨੀ ਕਿ ਇੱਥੇ ਪੰਜਾਬ ਸਰਕਾਰ ਨੇ ਮਨ੍ਹਾ ਨਹੀਂ ਕੀਤਾ ਕਿ ਅਸੀਂ ਸਕੂਲ ਨਹੀਂ ਖੋਲ੍ਹਣੇ, ਹੁਣ ਬੈਠਕਾਂ ਹੋਣਗੀਆਂ, ਮੀਟਿੰਗਾਂ ਹੋਣਗੀਆਂ ਅਤੇ 15 ਅਕਤੂਬਰ ਨੂੰ ਜਿੱਥੇ ਕੇਂਦਰ ਸਰਕਾਰ ਨੇ ਇਹ ਤੈਅ ਕੀਤਾ ਕਿ ਸਕੂਲ ਖੋਲ੍ਹੇ ਜਾ ਸਕਦੇ ਨੇ, ਜਿਹੜੇ ਜਿਹੜੇ ਸੂਬੇ ਨੇ ਆਪਣੀ ਮਰਜ਼ੀ ਦੇ ਨਾਲ ਸਕੂਲ ਖੋਲ੍ਹਣੇ ਆ, ਅਤੇ ਉੱਥੇ ਹੀ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਹੁਣ ਅਸੀਂ ਬੈਠਕਾਂ ਕਰਾਂਗੇ, ਮੀਟਿੰਗਸ ਕਰਾਂਗੇ, ਉਸ ਤੋਂ ਬਾਅਦ ਕੋਈ ਡਿਸੀਜਨ ਲਵਾਂਗੇ ਕਿ ਇਹ ਸਕੂਲ ਖੋਲ੍ਹਣੇ ਕਿ ਨਹੀਂ ਖੋਲ੍ਹਣੇ। ਪਰ ਇਸ ਵੇਲੇ ਦੀ ਵੱਡੀ ਖਬਰ ਇਹੀ ਹੈ ਕਿ ਪੂਰੇ ਸੂਬੇ ਦੇ ਵਿੱਚ ਨਾਈਟ ਕਰਫਿਊ ਨੂੰ ਹਟਾ ਦਿੱਤਾ ਗਿਆ ਹੈ, ਕਿਸੇ ਵੀ ਤਰ੍ਹਾਂ ਦਾ ਨਾਈਟ ਕਰਫਿਊ ਨਹੀਂ ਹੈ। ਪਹਿਲਾਂ 9 ਵਜੇ ਦੁਕਾਨਾਂ ਬੰਦ ਹੋ ਰਹੀਆਂ ਸੀਗੀਆਂ, ਕਾਫੀ ਕਾਰੋਬਾਰ ਜਿਹੜੇ ਨੇ ਇਫੈਕਟ ਹੋ ਰਹੇ ਸੀਗੇ, 9:30 ਵਜੇ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਬੈਠਣਾ ਪੈ ਰਿਹਾ ਸੀਗਾ। ਦੈਨਿਕ ਸਵੇਰਾ ਵੀ ਲਗਾਤਾਰ ਆਵਾਜ਼ ਚੱਕ ਰਿਹਾ ਸੀਗਾ ਜਿੱਥੇ ਸਿਆਸੀ ਪਾਰਟੀਆਂ ਧਰਨੇ ਲਗਾਉਣ ਲੱਗ ਪਈਆਂ ਨੇ। ਸਿਆਸੀ ਪਾਰਟੀਆਂ ਨੂੰ ਕੋਈ ਵੀ ਧਾਰਾ 144 ਨਹੀਂ ਹੈ, ਸਿਆਸੀ ਪਾਰਟੀਆਂ ਚਾਹੇ ਕਿਸਾਨਾਂ ਦੇ ਹੱਕ 'ਚ ਧਰਨੇ ਲਗਾ ਰਹੀਆਂ ਨੇ, ਪਰ ਦੂਜੇ ਪਾਸੇ ਆਮ ਲੋਕ ਵੀ ਤੰਗ ਹੋ ਰਹੇ ਨੇ ਕਾਰਾਂ ਦੇ ਵਿੱਚ ਜਿਹੜੇ ਲੋਕ ਟਰੈਵਲ ਕਰਦੇ ਨੇ। 3 ਤੋਂ ਵੱਧ ਜਦੋਂ ਕੋਈ ਸ਼ਖਸ ਆਪਣੇ ਪਰਿਵਾਰ ਦੇ ਨਾਲ ਕਾਰ 'ਚ ਬੈਠ ਕੇ ਟਰੈਵਲ ਕਰਦਾ ਸੀਗਾ ਉਹਦਾ ਚਲਾਨ ਹੋ ਰਿਹਾ ਸੀਗਾ, ਲੋਕ ਜਿਹੜੇ ਵਿਆਹ ਹੋ ਰਹੇ ਨੇ ਉੱਥੇ 30 ਤੋਂ ਵੱਧ ਇਕੱਠ ਨਹੀਂ ਕਰ ਸਕਦੇ ਸੀ, ਕੋਈ ਫੰਕਸ਼ਨ ਜਿਹੜਾ ਹੋ ਰਿਹਾ ਸੀ ਉੱਥੇ 30 ਤੋਂ ਵੱਧ ਇਕੱਠ ਨਹੀਂ ਹੋ ਸਕਦਾ ਸੀਗਾ। ਪਰ ਹੁਣ ਅੱਜ ਪੰਜਾਬ ਸਰਕਾਰ ਨੇ 1 ਅਕਤੂਬਰ ਤੋਂ ਅੱਜ ਇਹ ਵੱਡੀ ਰਾਹਤ ਪੰਜਾਬ ਦੇ ਲੋਕਾਂ ਨੂੰ ਦਿੱਤੀ ਹੈ ਕਿ ਹੁਣ ਤੁਸੀਂ ਫੰਕਸ਼ਨਾਂ ਦੇ ਅੰਦਰ ਜਾਂ ਮੈਰਿਜ ਕੋਈ ਹੋਏਗੀ ਉੱਥੇ 100 ਲੋਕਾਂ ਦਾ ਇਕੱਠ ਕਰ ਸਕਦੇ ਹੋ, ਕੋਈ ਕਿਰਿਆਕ੍ਰਮ ਕਰਨਾ ਉੱਥੇ ਤੁਸੀਂ 100 ਲੋਕਾਂ ਦਾ ਇਕੱਠ ਕਰ ਸਕਦੇ ਹੋ, ਗੱਡੀ ਦੇ ਵਿੱਚ ਬੈਠ ਕੇ ਜਿੰਨੀ ਗੱਡੀ ਦੀ ਕਪੈਸਿਟੀ ਹੈ ਤੁਸੀਂ ਉਹਦੇ ਨਾਲ ਬੈਠ ਕੇ ਟਰੈਵਲ ਕਰ ਸਕਦੇ ਹੋ। ਕੋਈ ਵੀ ਜਿਹੜੀ ਰਿਸਟ੍ਰਿਕਸ਼ਨਸ ਹੈ ਗੱਡੀ ਦੇ ਵਿੱਚ ਟਰੈਵਲ ਕਰਨ ਦੀ ਉਹ ਹਟਾ ਦਿੱਤੀ ਗਈ ਹੈ ਔਰ
जिहड़ा नाइट करफ्यू है इहनू हटा दिता गया। और इहदे नाल ही जरूरी खबर एक बार फिर मैं लोगों को दस दवां कि संडे का लॉकडाउन भी है। पंजाब सरकार ने ऐलान किया कि संडे के लॉकडाउन नूं भी पूरी तरह हटा दिता गया, यानी कि यह जिहड़ा एक अक्टूबर का महीना चढ़िया है ये पंजाब के लोगों लिए एक वड्डी खुशखबरी लैके आया। पंजाब के लोगों को बड़ी वड्डी राहत मिली है, जिथे केंद्र सरकार लगातार रिस्ट्रिक्शन रियायतें दे रहा है, काफ़ी कुछ खोल रहा है, पर हुण अज पंजाब सरकार ने यह भी ऐलान कर दिता जो लोगों सब तो वड्डी समस्या सी नाइट करफ्यू, संडे का लॉकडाउन या गैदरिंग ज़्यादा ना कर पाना, उन्हूं भी पंजाब सरकार ने हटा दिता है। हाले फिलहाल पंजाब सरकार वालों एक प्रेस नोट आया, डिटेल्ड गाइडलाइनस वो जिमें हर महीने साढ़े को डिटेल्स गाइडलाइनस आदि उन्होंने हजे जारी करनगे, वो दसनगे कि होर की चीज़ा खुल सकदियां ने या होर रिस्ट्रिक्शन किवें वाधा किया गया है। पर जिहड़ा मोटे तौर पर ऐलान सीगा पंजाब सरकार का नाइट करफ्यू नूं हटाउण दा, 100 लोगों की गैदरिंग नूं इजाजत देण दा, गड्डियां दे विच ट्रैवल दी जिहड़ी कपैसिटी है उहदे ते कोई लिमिट ना लाना, और संडे का लॉकडाउन पंजाब सरकार ने हटा दिता है। इस तरह हर जरूरी खबर असीं तुहाडे तक पहुँचाते रहांगे, देखते रहो दैनिक सवेरा टीवी।